ਤੇ ਕਿੱਥੋਂ ਆਉਂਦਾ ਨਮਕ ਇਹ? ਹਾਂਜੀ ਕਿੱਥੋਂ ਆਉਂਦਾ? ਖਿਓੜਾ ਮਾਈਨ ਦੇਖਿਆ? ਖਿਓੜਾ, ਹਾਂ 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 ਕਲਰ ਘਰ ਵਾਲੀ ਸਾਈਡ, ਕਲਰ ਘਰ ਵਾਲੀ, ਉਹ ਕਿਲਾ ਕਟਾਸ ਉਹਦੇ ਲਾਗੇ। ਤੇ ਉੱਥੋਂ ਤੋੜ ਕੇ ਲਿਆਉਂਦੇ ਹੋ? ਉਹ ਤੋੜ ਕੇ ਸੇਬ ਹੈ ਜਾਂ ਕੋਈ ਟਰਾਈ ਦੇ ਤੌਰ ਤੇ ਨਾ ਮੈਨੂੰ ਇੰਨਾ ਕੁ ਖੁੱਲਾ ਲੂਣ ਦਿਓ। ਹਾਂ ਟਰਾਈ ਦੇ ਤੌਰ ਤੇ ਤੂੰ ਐ ਰੈਂਟ ਤੇ ਕਾਰ ਲੈਣ ਲੱਗਾ ਵਾ, ਟਰਾਈ ਦੇ ਤੌਰ ਤੇ ਵੀ ਭਾਈ ਮੈਂ ਮੁਲਾਜ਼ਮ ਐ। ਫਿਰ ਕਾਹਦੇ ਆਪਣਾ ਹੁੰਦੇ ਆ ਜੇ ਤੂੰ ਮੁਲਾਜ਼ਮ ਆ ਤੇ ਤੂੰ ਅਮੀਰ ਨਾ ਗੱਲ। ਤੇ ਅੱਜ ਕੀ ਐ ਸਾਡੇ ਕੋਲ ਚਿੰਤਨ? ਅੱਜ ਸਾਡੇ ਕੋਲ ਚੀਜ਼ ਓਇਲ ਹੈਗਾ, ਚਿੰਤਨ ਪਿਓਰ ਦਾ ਓਇਲ ਹੈਗਾ, ਰਿਪਲੇਸਮੈਂਟ ਹੇਅਰ ਮੋਇਸਚਰਾਈਜ਼ਰ। ਇਹਦਾ ਕੀ ਫਾਇਦਾ ਜੀ? ਇਹ ਵਾਲਾਂ ਨੂੰ ਨਾਜ਼ਰੀਨ ਲਾਓ, ਉਹਨਾਂ ਦੀ ਇਹ ਜਿਹੜਾ ਨਰਮਾਹਟ ਵਾਸਤੇ ਉਹ ਸੌਫਟ ਹੋ ਜਾਣਗੇ, ਨਾਲੇ ਸਿਲਕੀ ਹੋ ਜਾਣਗੇ ਵਾਲ। ਮੋਇਸਚਰਾਈਜ਼ਰ ਜਿਹੜਾ ਵਾ ਆਇਲ ਬਿਹਤਰੀਨ, ਚਿੰਤਨ ਪਿਓਰ ਦੀ ਵੈਸੇ ਵੀ ਹਰਬਲ ਚੀਜ਼ਾਂ ਹੁੰਦੀਆਂ ਵਾ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਅਤੇ ਮਾਸ਼ਾਅੱਲਾ ਸਾਨੂੰ ਬਹੁਤ ਸਾਰੇ ਲੋਕਾਂ ਦੇ ਵੀ ਫੋਨ ਆਉਂਦੇ ਆ ਵੀ ਸਾਨੂੰ ਉਹਨਾਂ ਦੀ ਵੈਬਸਾਈਟ ਦੱਸੋ ਅਤੇ ਤੁਸੀਂ ਔਨਲਾਈਨ ਵੀ ਇਹਨੂੰ ਮੰਗਵਾ ਸਕਦੇ ਹੋ। ਅੰਕਲ ਤੁਹਾਡੇ ਵਾਲ ਤੇ ਅੜੇ, ਤੁਸੀਂ ਗੋਡੇ ਤੇ ਲਾ ਲਿਆ ਕਰੋ, ਨਹੀਂ ਰਹਿਣ ਦੋ ਇੱਥੇ ਲਾ ਲਿਆ ਕਰੋ, ਐਵੇਂ ਗੋਡੇ ਵਰਗਾ ਹੀ ਹੈ। ਓਏ ਅਕਲਕਾਰ ਕੰਮ ਕਰ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਏ ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ, ਹੋਏ ਤੇ ਵਿਕਿਆਂ ਦਾ ਨਹੀਂ ਉਹ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰੋਂ ਪਾਰ। ਅਲਬੇਲਾ ਟੀਵੀ, ਅਲਬੇਲਾ ਟੀਵੀ, ਵੇਖੋ ਜੀ ਵੇਖੋ ਜੀ ਵੇਖੋ ਜੀ, ਅਲਬੇਲਾ ਟੀਵੀ, ਅਲਬੇਲਾ ਟੀਵੀ, ਵੇਖੋ ਜੀ ਵੇਖੋ ਜੀ ਵੇਖੋ ਜੀ। ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਸਲਾਮ ਜੀ। ਭਾਈ ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ, ਦਿਸਣ ਨਹੀਂ ਡਿਆ, ਇੱਥੇ ਹੀ ਕੰਮ ਕਰ ਰਹੇ ਆ, ਤੁਹਾਡੇ ਸਾਹਮਣੇ ਹੀ ਆ। ਸਾਡੀ ਵੀ ਗੱਲ ਸੁਣ ਲਓ ਭਾਈ। ਹਾਂਜੀ ਹਾਂਜੀ, ਹੁਕਮ ਭਾਈ। ਸਾਇਮ ਸੋਲਟ ਟ੍ਰੇਡਰਸ, ਇਹੀ ਹੈ ਜੀ? ਡਿੱਗਣਾ ਪਿਓ, ਬਾਹਰ ਜਾ ਕੇ ਪੜ੍ਹ ਲਓ। ਮੈਂ ਪੜ੍ਹ ਕੇ ਆਇਆ। ਹਾਂਜੀ, ਸਾਇਮ ਸਾਇਲਟ ਇਹੀ ਹੈ ਜੀ। ਹਾਂਜੀ ਹਾਂਜੀ, ਉਹ ਦੋਸਤ ਨੇ ਭੇਜਿਆ ਸੀ, ਨਮਕ ਤੁਹਾਡੇ ਕੋਲ ਬਹੁਤ ਅੱਛਾ ਹੁੰਦਾ। ਹਾਂਜੀ, ਸਾਰੇ ਮਸ਼ਹੂਰ ਹੈ ਜੀ ਇੱਥੇ, ਤੁਹਾਨੂੰ ਪਤਾ। ਉਹ ਨਮਕ ਚਾਹੀਦਾ ਸੀ? ਹਾਂਜੀ, ਨਮਕ ਚਾਹੀਦਾ 17 ਜੀਆਂ ਘਰ ਦੇ। ਸਾਰੇ ਨਮਕ ਹਰਾਮ ਹੈ? ਨਹੀਂ, ਕਿੰਨਾ ਕੁ ਚਾਹੀਦਾ ਨਮਕ ਮਸਲਨ ਤੁਹਾਨੂੰ, ਕਿਹੜਾ ਚਾਹੀਦਾ ਵਾ? ਸਾਡੇ ਕੋਲ ਤਾਂ ਕਾਫੀ ਕਿਸਮ ਦੇ ਨਮਕ ਆ। ਕਾਫੀ ਕਿਸਮ ਦੇ ਆ? ਹਾਂਜੀ। ਉਹ ਤੁਹਾਡੇ ਕੋਲ ਹੈਗਾ ਜਿਹੜਾ ਮੱਝਾਂ ਮੁੱਝਾਂ ਨੂੰ ਦੇਈਦਾ? ਹਾਂਜੀ, ਮੱਝਾਂ ਨੂੰ ਦੇਣ ਵਾਲਾ ਲੂਣ? ਨਹੀਂ, ਲੂਣ ਇੱਕ ਹੀ ਹੁੰਦਾ ਵਾ, ਮੱਝਾਂ ਨੂੰ ਉਹ ਖੁਰਲੀ ਖਰਲੀ 'ਚ ਰੱਖੀਦਾ ਵਾ, ਜਿਹੜੀ ਕੋਈ ਮੱਝ ਨੂੰ ਅਫੇਰਾ ਹੋਇਆ ਹੋਵੇ, ਕੋਈ ਮਸਲਾ ਹੋਇਆ ਹੋਵੇ, ਉਹਨੂੰ ਰੱਖੀਦਾ ਵਾ ਢੇਲੇ ਦਾ। ਨਹੀਂ ਤੇ ਮੱਝਾਂ ਨੂੰ ਵੀ ਉਹ, ਤੇ ਬੰਦਿਆਂ ਨੂੰ ਵੀ ਉਹ? ਇਹ ਤਾਂ ਤੁਹਾਡੀ ਮਰਜ਼ੀ ਆ, ਘਰ ਜਾ ਕੇ ਫੈਸਲਾ ਕਰ ਲਿਓ, ਮੱਝ ਨੂੰ ਦੇਣਾ ਜਾਂ ਘਰ ਵਾਲਿਆਂ ਨੂੰ ਦੇਣਾ। ਤੁਸੀਂ ਤੁਸੀਂ ਕਿਹੜਾ ਖਾਂਦੇ ਹੋ? ਅਸੀਂ ਤੇ ਆਪਣੇ ਹਿਸਾਬ ਦਾ ਹੀ ਖਾਂਦੇ ਹਾਂ, ਤੁਸੀਂ ਦੱਸੋ। ਅੱਛਾ ਭਾਅ ਜੀ, ਇੱਕ ਉਹ ਨਮਕ ਹੁੰਦਾ ਜਿਹੜਾ ਬਿਰਿਆਨੀ 'ਚ ਪਾਈਦਾ? ਹਾਂਜੀ। 1 ਕਿਲੋ ਉਹ ਦੇ ਦਿਓ, ਅਤੇ 1 ਕਿਲੋ ਜਿਹੜਾ ਹਾਂਡੀ 'ਚ ਪਾਉਣਾ ਉਹ ਦੇ ਦਿਓ। ਹਾਂਡੀ 'ਚ ਵੀ ਉਹੀ ਬਣਦਾ, ਤੁਸੀਂ ਬਿਰਿਆਨੀ ਵਿਹੜੇ 'ਚ ਬਣਾਉਂਦੇ ਹੋ? ਨਹੀਂ, ਵਿਹੜੇ 'ਚ ਨਹੀਂ, ਉਹ ਲੈਦਾ ਲੈਦਾ ਨਹੀਂ ਪੈਂਦਾ ਯਾਰ? ਨਮਕ ਤੇ ਉਹ ਹੀ ਹੁੰਦਾ ਨਾ, ਉਹ ਬਿਰਿਆਨੀ 'ਚ ਪਾ ਲਾ, ਉਹੀ ਤੂੰ ਇੱਧਰ ਹਾਂਡੀ 'ਚ ਪਾ ਲਾ, ਅਤੇ ਹਾਂਡੀ ਦੂਰ ਆ ਕਿਤੇ ਅਤੇ ਬਿਰਿਆਨੀ ਦੂਰ ਆ, ਰਕਸ਼ਾ ਕਰਾਉਣਾ ਪੈਂਦਾ ਤੈਨੂੰ। ਉਹ ਨਮਕ ਹੈਗਾ ਤੁਹਾਡੇ ਕੋਲ ਜਿਹੜਾ ਕਹਿੰਦਾ ਤੂੰ ਤੇ ਮੇਰੇ ਜ਼ਖਮਾਂ 'ਤੇ ਨਮਕ ਲਾ ਰਿਹਾ? ਉਹ ਆਪਣੇ ਸ਼ਰੀਕੇ ਕੋ ਪੁੱਛ ਜਾ ਕੇ ਕਿਹੜਾ ਕਹਿੰਦੇ ਆ। ਨਹੀਂ, ਉਹ ਹੁੰਦਾ ਨਮਕ ਉਹ ਭਾਜੀ, ਗੱਲ ਬਣੀ ਆ ਐਵੇਂ ਵੀ ਮੇਰੇ ਜ਼ਖਮਾਂ 'ਤੇ ਨਮਕ ਨਾ ਛਿੜਕ, ਇਹ ਵੀ ਨਮਕ ਹੀ ਆ ਭਾਜੀ। ਆਹੋ ਨਮਕ ਆ, ਔਰ ਮੈਰਾਡੋਨਾ ਦਾ ਫੁੱਟਬਾਲ ਆ, ਇਹ ਬਿਲਕੁਲ ਤੁਹਾਡੇ ਸਿਰ ਵਰਗਾ ਹੈ। ਹੈਲੋ, ਰੱਖਦੇ ਭਾਈ ਇਹ ਡੈਕੋਰੇਸ਼ਨ ਪੀਸ ਹੁੰਦੇ ਆ। ਅੱਛਾ, ਤੇ ਲੋਕ ਵੈਸੇ ਵੀ ਸ਼ੋਕੇਸ 'ਚ ਜਾ ਕੇ ਰੱਖ ਲੈਂਦੇ ਆ, ਜਿਸ ਤਰ੍ਹਾਂ ਦਿਲ ਨਹੀਂ, ਜਿਹੜਾ ਬੰਦਾ ਸਾਹ ਦਾ ਮਰੀਜ਼ ਹੋਵੇ ਉਹ ਘਰ 'ਚ ਰੱਖੇ ਨਾ ਤੇ ਬੜਾ ਅੱਛਾ ਕਹਿੰਦੇ ਫੀਲ ਹੁੰਦਾ ਉਹਨੂੰ। ਆਹੋ, ਇਹ ਉਹਦੇ ਨਾਲ ਆਕਸੀਜਨ ਮਿਲਦੀ ਹੈ ਇਹਦੇ ਨਾਲ ਨਾ। ਤੇ ਕਿੱਥੋਂ ਆਉਂਦਾ ਨਮਕ ਇਹ? ਹਾਂਜੀ, ਕਿੱਥੋਂ ਆਉਂਦਾ? ਖਿਓੜਾ ਮਾਈਨ ਦੇਖਿਆ? ਖਿਓੜਾ, ਹਾਂ ਹਾਂ ਹਾਂ, ਕਲਰ ਘਰ ਵਾਲੀ ਸਾਈਡ, ਕਲਰ ਘਰ ਵਾਲੀ, ਉਹ ਕਿਲਾ ਕਟਾਸ ਉਹਦੇ ਲਾਗੇ। ਤੇ ਉੱਥੋਂ ਤੋੜ ਕੇ ਲਿਆਉਂਦੇ ਹੋ? ਉਹ ਤੋੜ ਕੇ ਸੇਬ ਹੈ ਜਾਂ ਕੋਈ
ਨਹੀਂ ਤਾਜ਼ਾ ਲਿਆਉਂਦੇ ਉੱਥੋਂ ਲਗਾਠਾ ਵਾ ਉੱਥੇ ਪਹਾੜ ਆ ਭਾਈ ਉੱਥੇ ਮਣਾ ਮੂਹੀ ਪਿਆ ਤੇ ਪਹਾੜ ਇੱਥੇ ਲੈ ਆਉਂਦੇ ਖਿੱਚ ਕੇ ਯਾਰ ਕਿਹੜੇ ਪਹਾੜ ਨੂੰ ਅਸੀਂ ਸਾਫਾ ਪਾ ਕੇ ਖਿੱਚ ਲੈਣਾ ਵਾ ਉੱਥੇ ਟਰਾਲੀਆਂ ਤੇ ਆਉਂਦਾ ਵਾ ਇੱਥੇ ਨਹੀਂ ਤੇ ਉਹ ਤੇ ਪਹਾੜ ਹੁੰਦੇ ਏਡੇ ਏਡੇ ਤੇ ਫਿਰ ਉੱਥੇ ਉਹਨੂੰ ਤੋੜਦੇ ਕਿੱਦਾਂ ਥੋੜੀ ਨਾ ਹੈ ਉਹ ਯਾਰ ਉੱਥੇ ਭਾਈ ਉਹਦੇ ਨਾਲ ਬੰਬ ਮਾਰਦੇ ਆ ਅਗਲੇ ਫੇਰ ਟੁੱਟਦੇ ਆ ਅੱਛਾ 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 ਉਹ ਬਲਾਸਟ ਕਰਦੇ ਆ ਹਾਂਜੀ ਹਾਂਜੀ ਉਹ ਜਿੰਨਾ ਟੁੱਟ ਜਾ ਤੁਹਾਡਾ ਟੁੱਟ ਜੇ ਨਹੀਂ ਪੈਸੇ ਲੈਂਦੇ ਆ ਉਹ ਹੈਗਾ ਤੁਹਾਡੇ ਕੋਲ ਨਮਕ ਜਿਹੜਾ ਬੰਦਾ ਕਹਿੰਦਾ ਉਹ ਬਾਂਹ ਟੁੱਟ ਜਾਂਦੀ ਤੇ ਉਹ ਜੋੜ ਕੇ ਤੇ ਹੱਥ 'ਚ ਵੀ ਫੜਾ ਦਿੰਦੇ ਆ ਕਰਕੇ ਹੁਣ ਤੇਰੀ ਬਾਂਹ ਮੈਂ ਇੱਥੇ ਤੋੜਾਂ ਕਿ ਘਰੋਂ ਤੁੜਵਾਉਣੀ ਤੂੰ ਯਾਰ ਹੁੰਦਾ ਨਮਕ ਦੇ ਦਿੰਦੇ ਉਹ ਹੱਥ ਦੇ ਵਿੱਚ ਤੇ ਉਹ ਯਾਰ ਜਿਹੜੇ ਬਾਹਾਂ ਨਹੀਂ ਬੰਨਦੇ ਆਹੋ ਉਹ ਬੰਨਣ ਤੋਂ ਬਾਅਦ ਕਹਿੰਦੇ ਆ ਨਮਕ ਰੱਖੋ ਹੱਥ 'ਚ ਤੇ ਉਹਦੇ ਨਾਲ ਤਸੀਰ ਜਾਂਦੀ ਆ ਤੇ ਆਰਾਮ ਆਉਂਦਾ ਤੇ ਉਹ ਵੀ ਇੱਕ ਨਮਕ ਹੁੰਦਾ ਨਾ ਨਾਈ ਨੂੰ ਕਹਿੰਦੇ ਉਹ ਤੂੰ ਦੇਗ 'ਚ ਨਮਕ ਬਹੁਤ ਤੇਜ਼ ਪਾਤਾ ਉਹ ਕਿਹੜਾ ਨਮਕ ਹੁੰਦਾ ਇਹ ਤੂੰ ਨਮਕ ਲੈਣ ਆਇਆ ਕਿ ਨਮਕ ਗਣਾਉਣ ਆਇਆ ਸਾਨੂੰ ਕਿੰਨੇ ਤਰ੍ਹਾਂ ਦੇ ਨਮਕ ਹੁੰਦੇ ਤੇ ਭਾਜੀ ਕੀ ਹਿਸਾਬ ਕਿਤਾਬ ਕੀ ਆ ਖਾਦਾ ਹਿਸਾਬ ਕਿਤਾਬ ਮੇਰੇ ਵੱਲ 150 ਨਿਕਲਦਾ ਤੇਰਾ ਨਮਕ ਦਾ ਨਮਕ ਦਾ ਵੀ ਕਹੋ ਨਾ ਨਾਲ ਉਹ ਨਮਕ ਹੈਗਾ ਜਿਹੜਾ ਸ਼ੋਲੇ ਫਿਲਮ 'ਚ ਕਹਿੰਦਾ ਹਮਨੇ ਤੇਰਾ ਨਮਕ ਖਾਇਆ ਹੈ ਸਾਹਿਬ ਤੂੰ ਅੱਗੇ ਨਹੀਂ ਸੁਣਿਆ ਉਹ ਕਹਿੰਦਾ ਵਾ ਗੋਲੀ ਵੀ ਖਾ ਮੇਰਾ ਡਾਇਲਾਗ ਨਹੀਂ ਸੁਣਿਆ ਤੂੰ ਲੱਗਦਾ ਉਹ ਨਹੀਂ ਮੈਂ ਸੁਣਿਆ ਮੈਂ ਬਾਹਰ ਨਿਕਲ ਗਿਆ ਸੀ ਉਹਦਾ ਦੱਸੋ ਭਾਈ ਕਿੰਨਾ ਨਮਕ ਚਾਹੀਦਾ ਤੁਹਾਨੂੰ ਇਹਦੇ 'ਚ ਕੀ ਭਾਜੀ ਨਮਕ ਹੀ ਹੈ ਇਹ 'ਚ ਲਾਸ਼ ਆ ਔਰ ਨਹੀਂ ਇਹ ਨਮਕ ਹੋਲਸੇਲ 'ਚ ਜਾਂਦਾ ਜਾਂ ਪਰਚੂਨ 'ਚ ਭਾਜੀ ਇਹ ਸਾਇਮ ਜਿਹੜਾ ਸਾਲਟ ਆ ਨਾ ਸਾਡਾ ਹੋਲਸੇਲ 'ਚ ਵੀ ਜਾਂਦਾ ਵਾ ਵੈਸੇ ਪਰਚੂਨ 'ਚ ਵੀ ਜਾਂਦਾ ਤੁਸੀਂ ਦੇਖ ਲਓ ਤੁਹਾਨੂੰ ਘਰ ਵਾਸਤੇ ਚਾਹੀਦਾ ਜਾਂ ਤੁਸੀਂ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰਨਾ ਨਹੀਂ ਕੰਮ ਹੀ ਸ਼ੁਰੂ ਕਰਨਾ ਮੈਂ ਕਹਿੰਦਾ ਕਿ ਚਲੋ ਇੱਥੋਂ ਲੈ ਗਏ ਤੇ ਬੰਦਾ ਉੱਥੇ ਜਾ ਕੇ ਆਪਣਾ ਜੋ ਪ੍ਰੋਫਿਟ ਥੋੜਾ ਬਹੁਤਾ ਲੈ ਕੇ ਵੇਚ ਦਿੰਦਾ ਇਹ ਵੀ ਨਮਕ ਹੀ ਹੈ ਜੀ ਹਾਂਜੀ ਭਾਜੀ ਇਹ ਕਿਹੜਾ ਨਮਕ ਆ ਇਹ ਸਫੇਦ ਨਮਕ ਆ 150 ਦਾ ਪੈਕਟ ਆ ਤੇ ਤੁਸੀਂ ਉਹ ਨਮਕ ਚਾਹੀਦਾ ਜਿਹੜਾ ਜੰਮੂਆਂ ਤੇ ਪਾ ਕੇ ਨਹੀਂ ਖੜਕਾਈਦਾ ਉਹ ਕਿਹੜਾ ਨਮਕ ਯਾਰ ਉਹ ਨਮਕ ਲੈ ਲੈ ਪਹਿਲਾਂ ਜੰਮੂ ਖੜਕਾ ਲੈ ਵੀ ਤੂੰ ਕੰਮ ਦੀ ਗੱਲ ਤੇ ਕਰ ਲੈ ਯਾਰ 150 ਦਾ ਪੈਕਟ ਆ ਇਹ ਤੁਸੀਂ 200 ਦਾ ਵੇਚ ਸਕਦੇ ਅੱਗੇ ਸੇਲ ਜਿਹੜੀ ਕਰਨੀ ਆ ਨਾ ਇਹ ਸਾਰਾ 150 ਦਾ ਹੈਲੋ ਹਾਂ 150 ਦਾ ਪੈਕਟ ਅੱਛਾ ਜੀ ਹੋਰ ਤੈਨੂੰ ਕੀ ਤੇ ਇਹ ਜਿਹੜਾ ਕਾਲਾ ਨਮਕ ਆ ਹਾਂਜੀ ਇਹ ਤੁਸੀਂ ਹੱਥਾਂ ਨਾਲ ਕਰਕੇ ਦਿੰਦੇ ਗਾਹਕ ਨੂੰ ਕਾਲਾ ਹੈਲੋ ਕਾਲਾ ਨਮਕ ਲਹਿਦਾ ਹੁੰਦਾ ਵਾ ਉਹਦੇ ਲਹਿਦਾ ਪਹਾੜ ਆ ਅੱਛਾ ਜੀ ਹਾਂਜੀ ਕਾਲੇ ਨਮਕ ਦੇ ਲਹਿਦਾ ਪਹਾੜ ਆ ਹਾਂਜੀ ਤੇ ਤੁਸੀਂ ਉਸੇ ਪਹਾੜ ਚੋਂ ਨਿਕਲੇ ਆ ਹੈਲੋ ਪਹਾੜ ਤੋਂ ਆਪਣਾ ਨਮਕ ਲੈ ਦੱਸ ਕਿੰਨਾ ਚਾਹੀਦਾ ਕਿਹੜਾ ਚਾਹੀਦਾ ਵਾ ਤੇ ਆ ਕੀ ਆ ਆ ਚੀਨੀ ਆ ਹਾਂਜੀ ਚੀਨੀ ਉਹ ਨਹੀਂ ਭਾਜੀ ਇਹ ਵੀ ਨਮਕ ਹੀ ਆ ਤੇ ਆ ਇਸਤਰੀ ਵੀ ਰੱਖੀ ਆ ਨਮਕ ਇਸਤਰੀ ਕਰਕੇ ਦਿੰਦੇ ਆ ਭਾਈਆ ਨੇ ਪੈਕਿੰਗ ਨਹੀਂ ਕਰਦੇ ਅਸੀਂ ਉਹਨੂੰ ਗਰਮ ਕਰਕੇ ਪੈਕਿੰਗ ਕਰਦੇ ਆ ਇਹਦੇ ਨਾਲ ਅੱਛਾ ਇਸਤਰੀ ਨਾਲ ਆ ਪੈਕਟ ਬਣਾਉਂਦੇ ਆ ਹਾਂਜੀ ਆ ਜਿਹੜੀ ਪੈਕਿੰਗ ਆ ਇਹਦੇ ਨਾਲ ਕਰਦੇ ਆ ਠੀਕ ਆ ਸ਼ਿਕੰਜਵੀ ਚ ਪਾਉਣ ਵਾਲਾ ਨਮਕ ਹੈਗਾ ਤੁਹਾਡੇ ਕੋਲ ਯਾਰ ਤੂੰ ਪਹਿਲਾਂ ਇੰਜ ਕਰ ਨਮਕ ਲੈਣ ਤੋਂ ਪਹਿਲਾਂ ਨਾ ਕਿਸੇ ਸਾਈਕੋਲੋਜਿਸਟ ਨੂੰ ਦਿਖਾ ਜਿਹੜੇ ਦਿਮਾਗੀ ਨਹੀਂ ਹੁੰਦੇ ਹਾਂ ਤੈਨੂੰ 18 ਕਿਸਮ ਦਾ ਤੇ ਤੂੰ ਨਮਕ ਗਣਾਉਣ ਡਿਆ ਲਿਖਿਆ ਹੀ ਆ ਪਰ ਹਰ ਕਿਸਮ ਦਾ ਨਮਕ ਹੈ ਉਹ ਹਰ ਕਿਸਮ ਦਾ ਹੁੰਦਾ ਵਾ ਇੱਕ ਨੂੰ ਇਸਤੇਮਾਲ ਕਰੀਦਾ ਵਾ ਦੂਸਰੀਆਂ ਜਗ੍ਹਾ ਤੇ ਅੱਛਾ ਇੱਕੋ ਹੀ ਹੁੰਦਾ ਏ ਸਾਰੇ ਇੱਕੋ ਹੀ ਹੁੰਦਾ ਵਾ ਦੇਖੋ ਆ ਵੀ ਨਮਕ ਆ ਅੱਛਾ ਇਹ ਜ਼ਰਾ ਆ ਮੋਟੇ ਦਾਣੇ ਦਾ ਹੁੰਦਾ ਨਾ ਆਹ ਦੇਖੋ ਜ਼ਰਾ ਹਾਂ ਹਾਂ ਇਹ ਚੀਨੀ ਵਾਂਗੂ ਆ ਹਨਾ ਆਹੋ ਇਹ ਰੜਕਦਾ ਥੋੜਾ ਜਿਹਾ ਮੋਟਾ ਦਾਣਾ ਰੱਖਿਆ ਹੁੰਦਾ ਵਾ ਹਾਂ ਹਾਂ ਤੇ ਬਹੁਤਾ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਤੇਜ਼ ਹੋ ਜਾਂਦਾ ਨਾ ਤੇਜ਼ ਕੀ ਅਟੈਕ ਹੋ ਜਾਂਦਾ ਵਾ ਬਲੱਡ ਪ੍ਰੈਸ਼ਰ ਹੋਇਆ ਨਹੀਂ ਤੇ ਦਿਮਾਗ ਨੂੰ ਪੈ ਗਿਆ ਜਾਂ ਕਿਸੇ ਦੇ ਦਿਲ ਨੂੰ ਪੈ ਗਿਆ ਤੇ ਤੂੰ ਨਮਕ ਜੀ ਰਹਿਣਾ ਤੂੰ ਤੇ ਨਹੀਂ ਮਰਿਆ ਹਜੇ ਤੱਕ ਹੈਲੋ ਅਸੀਂ ਇੱਕ ਜ਼ਿਆਦਤੀ ਕਰਦੇ ਨਹੀਂ ਨਮਕ ਦੀ ਨਮਕ ਦੀ ਕਿਹੜੀ ਜ਼ਿਆਦਤੀ ਹੁੰਦੀ ਉਹ ਹੁੰਦਾ ਹੀ ਆ ਵੀ ਜ਼ਿਆਦਾ ਖਾ ਲੈਣਾ ਇਹ ਕਾਲਾ ਨਮਕ ਹਾਂਜੀ ਆਹ ਕਾਲਾ ਨਮਕ ਇਹ ਕਿੱਦਾਂ ਕਾਲਾ ਹੋ ਗਿਆ ਪਿਆ ਪਿਆ ਹੀ ਪਿਆ ਪਿਆ ਨਹੀਂ ਲਹਿਦਾ ਇੱਕ ਇਹਦੀ ਸਿਨਫ ਵਾ ਸਮਝਦਾ ਵਾ ਇਹ ਲਹਿਦਾ ਪਹਾੜ ਹੁੰਦੇ ਇਹਦੇ ਇਹ ਜ਼ਿਆਦਾਤਰ ਨਾ ਹਕੀਮਾਂ ਕੋ ਹੁੰਦਾ ਹਨਾ ਆ ਦੇਖੋ ਜਰਾ ਚੱਕ ਕੇ ਹਾਂ ਇਹ ਵੀ ਨਮਕ ਆ ਹਾਜ਼ਮੇਦਾਰ ਹੈ ਯਾਰ ਤੂੰ ਕੈਸਾ ਬੰਦਾ ਵਾ ਤੂੰ ਉਹਦੇ ਵਿੱਚ ਹੀ ਸੁੱਟਤਾ ਜ਼ਬਾਨ ਮਾਰ ਕੇ ਤੈਨੂੰ ਅਕਲ ਮੌਤ ਹੀ ਹੈ ਨਹੀਂ ਤੇ ਤੂੰ ਚਮਚਾ ਰੱਖ ਲੈ ਇੱਥੇ ਤੇ ਚਮਚਾ ਰੱਖ ਲੈ ਤੂੰ ਇੱਧਰ ਸਾਈਡ ਤੇ ਸੁੱਟ ਦੇ ਵੀਰੇ ਉਹ ਨਮਕ ਹੈਗਾ ਜਿਹੜਾ ਸਵੇਰ ਸਵੇਰ ਨਹੀਂ ਆਪਣਾ ਆਂਡਾ ਫਰਾਈ ਕਰਕੇ ਉੱਤੇ ਧੂੜੀ ਦਾ ਯਾਰ ਤੂੰ ਮਿਸਬਾ ਕੋ ਲੈਣ ਆਇਆ ਨਮਕ ਵੀ ਤੈਨੂੰ ਮੈਂ ਨਾਲ ਰੈਸਪੀ ਵੀ ਦੱਸਾਂ ਵੀ ਆਹ ਕਿਹੜਾ ਬਿਰਿਆਨੀ ਤੇ ਪਾਉਣਾ ਤੇ ਕਿਹੜਾ ਆਂਡੇ ਤੇ ਪਾਉਣਾ ਵਾ ਇੱਕ ਹੀ ਨਮਕ ਹੁੰਦਾ ਵਾ ਦਿਮਾਗ ਤੇਰਾ ਸਹੀ ਆ ਤੇ ਬਾਹਰ ਕਿ ਲਿਖਿਆ ਹਰ ਕਿਸਮ ਦਾ ਨਮਕ ਉਹ ਹਰ ਕਿਸਮ ਦਾ ਪੇਕਾ ਬਰੀਕ ਹੋ ਗਿਆ ਆਹੋ ਏਕਾ ਥੋੜਾ ਜਿਹਾ ਦਾਣੇਦਾਰ ਆ ਦਾਣੇਦਾਰ ਆਹ ਕਾਲਾ ਹੋ ਗਿਆ ਹੋ ਗਿਆ ਆਇਓਡੀਨ ਮਿਲਾ ਨਮਕ ਹਾਂ ਹਾਂ ਉਹ ਵੀ ਆ ਸਾਡੇ ਕੋਲ ਜਿਹੜਾ
100 ਬਿਮਾਰੀਆਂ ਤੋਂ ਬੰਦਾ ਬਚਦਾ ਵਾ। ਤੇ ਨਮਕ ਹੀ ਹੁੰਦਾ ਤੁਹਾਡੇ ਕੋਲ ਜਾਂ ਹੋਰ ਵੀ ਮਸਾਲੇ ਹੁੰਦੇ? ਨਹੀਂ ਨਹੀਂ, ਸਾਡੇ ਕੋਲ ਹਲਦੀ ਵੀ ਆ, ਮਿਰਚਾਂ ਵੀ ਆ, ਹਾਂਡੀ ਵੀ ਹੋਏਗੀ, ਗੋਸ਼ਤ ਵੀ ਹੋਏਗਾ। ਕੋਈ ਪਕਾ ਕੇ ਖਾ ਆ, ਕੋਈ ਪ੍ਰਾਹੁਣਾ ਆ ਜੇ ਬੇਹਯਾ ਤੇ ਉਹਨਾਂ ਨੂੰ ਖਵਾ ਵੀ ਦਈਏ, ਤੂੰ ਆ ਹੀ ਗਿਆ। ਤੇ ਮਿਰਚ ਦਾ ਕੀ ਹਿਸਾਬ ਕਿਤਾਬ ਆ? ਉਹ ਯਾਰ ਹਿਸਾਬ ਕਿਤਾਬ ਪੁੱਛਦਾ ਵਾ, ਤੂੰ ਲੈਣ ਤੋਂ ਕੈਲਕੂਲੇਟਰ ਲਿਆਵਾਂ ਪਹਿਲਾਂ? ਤੈਨੂੰ ਮੈਂ ਹਿਸਾਬ ਕਿਤਾਬ ਕੱਢਦਾ ਹਰ ਸ਼ੈ ਦਾ। ਨਹੀਂ ਉਹ ਤੂੰ ਇਹ ਪੁੱਛ ਵੀ ਭਾਜੀ ਕਿੰਨੇ ਦਾ ਹਿਸਾਬ ਕਿਤਾਬ ਕੀ ਆ। ਅੱਛਾ ਭਾਈ, ਲਾਲ ਮਿਰਚ ਹੈਗੀ ਤੁਹਾਡੇ ਕੋਲ? ਲਾਲ ਮਿਰਚ ਵੀ, ਸੁਰਖ ਮਿਰਚ, ਲਾਲ ਮਿਰਚ ਕੋਈ ਹੁੰਦੀ ਆ, ਤੈਨੂੰ ਦੱਸਿਆ ਤੇ ਹੈ। ਰੈੱਡ ਚਿੱਲੀ ਵੀ ਕਹਿੰਦੇ ਨਾ ਇਹਨੂੰ? ਹਾਂ, ਰੈੱਡ ਚਿੱਲੀ ਵੀ ਕਹਿੰਦੇ, ਬਲੈਕ ਚਿੱਲੀ ਵੀ ਹੁੰਦੀ ਹੈ, ਇਹ ਕੋਈ ਸ਼ੇਖ ਚਿੱਲੀ ਵੀ ਸੀ। ਇਹ ਕੀ ਹੈ ਭਾਈ? ਇਹ ਵੀ ਭਾਜੀ ਸੁਰਖ ਮਿਰਚ ਆ। ਪੈਕਿੰਗ ਅੱਛੀ ਹੋਈ ਹੈ ਨਾ? ਹਾਂਜੀ। ਇਹ ਕੀ ਲਿਖਿਆ ਜੀ? ਇਹ ਅਫਜ਼ਲ, ਅਫਜ਼ਲ ਰੈੱਡ ਚਿੱਲੀ, ਮਤਲਬ ਸਭ ਤੋਂ ਉੱਚੀ ਮਿਰਚ। ਲੈ ਉੱਚੀ ਕੀ, ਟਾਵਰ ਤੇ ਪਈ ਆ ਵੈਸੇ। ਅਫਜ਼ਲ ਦੇ ਮਾਨੇ ਇਹੀ ਹੁੰਦੇ? ਆਹੋ, ਮਾਨਿਆਂ ਦਾ ਬੜਾ ਪਤਾ ਭਾ ਤੈਨੂੰ। ਨਹੀਂ ਤੇ ਇਹਦੇ 'ਚ ਕੀ ਆ? ਯਾਰ ਹਟ ਜਾ, ਤੂੰ ਤੇ ਮਿਰਚਾਂ ਗਵਾਚੀਆਂ ਤੇਰੀਆਂ, ਲੱਭਦਾ ਵੀ ਯਾਰ ਇੱਥੇ ਕਿਸੇ ਨੇ ਮਿਰਚਾਂ ਤੇ ਨਹੀਂ ਵੇਖੀਆਂ ਮੇਰੀਆਂ। ਭਾਈ ਉਹ ਵੀ ਹੁੰਦਾ ਨਾ ਕਿ ਜਿਹੜਾ ਕੁੱਤਾ ਵੱਢ ਲਵੇ ਤੇ ਉਹ ਮਿਰਚਾਂ ਉੱਤੇ ਲਾਓ ਤੇ ਉਹ ਵੀ ਠੀਕ ਹੋ ਜਾਂਦਾ? ਉਹ ਸਹੀ, ਉਹ ਮਿਰਚਾਂ ਹੈਗੀਆਂ ਤੁਹਾਡੇ? ਤੂੰ ਘਰ ਨਹੀਂ ਬਹਿੰਦਾ ਕਿਤੇ ਟਿਕ ਕੇ? ਕਿਉਂ, ਹਰ ਟਾਈਮ ਫਿਰਦਾ ਹੀ ਰਹਿੰਦਾ ਵੀ ਤੈਨੂੰ ਕੁੱਤੇ ਪੈਂਦੇ, ਕਦੀ ਕੁਛ ਪੈਂਦਾ? ਚਲੋ ਤੁਸੀਂ ਫਿਰ ਇੰਝ ਕਰੋ ਵੀ ਆਪਣਾ ਇੱਜ ਧੋਣ ਵਾਲੇ ਕੱਪੜੇ ਰਪਏ ਤੇਰੇ ਇਹ 'ਚ ਕੀ ਵੀਰੇ? ਉਹ ਭਾਈ ਛਾਪਰ ਛੁਪਰ ਆ, ਤੂੰ ਹੋਰ ਗੱਲ ਦੱਸ ਆਪਣੀ ਨਾ। ਇਹ ਸਾਡੀ ਪੈਕਿੰਗ ਹੁੰਦੀ ਆ, ਉਹ ਅਸੀਂ ਕਰਨ ਲੱਗੇ ਹਾਂ ਤੇ ਉਹ ਮੁੰਡੇ ਲਾਏ ਹੁੰਦੇ ਆ? ਆਹੋ, ਪੈਕਿੰਗ ਵਾਲੇ ਮੁੰਡੇ ਵੀ ਹੈਗੇ ਆ। ਚਲੋ ਫਿਰ ਇੰਝ ਕਰੋ ਤੁਸੀਂ ਨਾ ਟਰਾਈ ਦੇ ਤੌਰ ਤੇ ਨਾ ਮੈਨੂੰ ਇੰਨਾ ਕੁ ਖੁੱਲ੍ਹਾ ਲੂਣ ਦਿਓ। ਟਰਾਈ ਦੇ ਤੌਰ ਤੇ ਤੂੰ ਐਂ ਰੈਂਟ ਤੇ ਕਾਰ ਲੈਣ ਲੱਗਾ ਵਾ, ਟਰਾਈ ਦੇ ਤੌਰ ਤੇ ਵੀ ਨਹੀਂ। ਉਹ ਜਿਹੜਾ ਮਾਲਟਿਆਂ ਨਾਲ ਮਾਲਟਾ ਲੂਣ ਲਾ ਕੇ ਮਾਲਟੇ ਖਾਈ ਦੇ, ਉਹ ਨਮਕ ਹੈਗਾ ਤੁਹਾਡੇ ਕੋਲ? ਤੂੰ ਆਇਆ ਕਿੱਥੋਂ ਆ, ਪਾਕਿਸਤਾਨ ਦਾ ਹੀ ਆ ਕਿ ਬਾਹਰ ਸ਼ਹਿਰ ਦਾ, ਕਿਤੇ ਬਾਹਰ ਦੇ ਮੁਲਕ ਆਇਆ? ਕਿਉਂ, ਕੀ ਹੋਇਆ? ਤੈਨੂੰ ਪਤਾ ਹੀ ਨਹੀਂ ਲੱਗਣ ਡਿਆ ਵੀ ਨਮਕ ਇੱਕ ਹੀ ਹੁੰਦਾ ਵਾ? ਤੂੰ ਕਿਹ ਲਿਖਿਆ ਵੀ ਹਰ ਕਿਸਮ ਦਾ ਨਮਕ ਹਮਾਰੇ ਕੋਲ? ਉਹ ਹਰ ਕਿਸਮ ਦਾ ਤੈਨੂੰ ਦਿਖਾਇਆ ਵਾ ਵੀ ਬਰੀਕ ਆ, ਫਿਰ ਉਹ ਕਾਲਾ ਨਮਕ ਆ, ਆਇਓਡੀਨ ਮਿਲਾ ਨਮਕ ਆ। ਹਾਂ ਹਾਂ, ਤੈਨੂੰ ਕਦੋਂ ਬਾਹਰ ਲਿਖਿਆ ਵਾ ਵੀ 28 ਕਿਸਮ ਦੇ ਨਮਕ ਸਾਡੇ ਕੋਲ? ਨਹੀਂ, ਉਹ ਨਮਕ ਹੈਗਾ ਜਿਹੜਾ ਦਰਬਾਰਾਂ ਦੇ ਬਾਹਰ ਪਿਆਲੇ 'ਚ ਪਾ ਕੇ ਰੱਖਿਆ ਹੁੰਦਾ, ਤੇਰੇ ਵਰਗੇ ਮਲਾਂਗੇ ਚੱਟ ਰਹੇ ਹੁੰਦੇ। ਤੂੰ ਮੇਰਾ ਭਰਾ ਨਾ, ਤੇਰੇ ਕੋਲ ਘਰ ਹੋਰ ਭਰਾ ਹੈਗਾ ਵਾ? ਹੈਗਾ, ਚੱਲ ਉਹਨੂੰ ਭੇਜ ਫਿਰ। ਉਹ ਯਾਰ, ਚੱਲ ਮੇਰਾ ਗ੍ਰਾਹਕਾਂ ਨੂੰ ਧੱਕੇ ਨਹੀਂ ਦੇਈਦੇ ਹੁੰਦੇ? ਧੱਕੇ ਨਹੀਂ ਦੇਈਦੇ ਵੀ ਤੂੰ 34 ਕਿਸਮ ਦੇ ਤੇ ਤੂੰ ਨਮਕ ਗਣਾਈ ਜਾਣ ਡਿਆ? ਲਿਖੇ ਨਹੀਂ ਤੂੰ? ਉਹ ਲਿਖਿਆ ਤੇ ਤੂੰ ਦੱਸ ਵੀ ਜਿਹੜਾ ਤੈਨੂੰ ਚਾਹੀਦਾ ਵਾ, ਤੋਲਾ ਕਿੰਨਾ ਚਾਹੀਦਾ ਵਾ? ਤੇਰਾ ਬਲੱਡ ਪ੍ਰੈਸ਼ਰ ਤੇਜ਼ ਹੋ ਗਿਆ ਨਮਕ 'ਚ ਰਹਿ ਰਹਿ ਕੇ। ਬਲੱਡ ਤੇਜ਼ ਤੂੰ ਕਰਨ ਡਿਆ ਨਮਕ ਉੱਤੋਂ? 7-Up ਪੀ ਮੇਰਾ ਭਰਾ, ਕਦੀ ਕਹਿੰਦਾ ਕੋਈ ਨਮਕ ਹੈਗਾ, ਕਦੀ ਕਹਿੰਦਾ ਕੋਈ ਨਮਕ ਹੈਗਾ। ਹਲਦੀ ਹੈਗੀ? ਹਲਦੀ ਹਾਂਜੀ ਹੈਗੀ ਆ। ਉਹ ਕਿਹੜੇ ਪੈਕਟ ਬਣਾਏ ਹਲਦੀ ਦੇ? ਆ ਹੀ ਲੱਗਦੇ ਮੈਨੂੰ ਇਹ। ਉਹ ਕੀ ਆ? ਉਹ ਕੀ ਆ? ਕੀ ਲੱਭਿਆ ਤੈਨੂੰ? ਕੀ ਦਿਸ ਪਿਆ ਤੈਨੂੰ? ਆ ਹਲਦੀ ਆ, ਇਹਦੀ ਪੈਕਿੰਗ ਅੱਛੀ ਆ। ਭਾਈ ਓਨਰ ਨੇ? ਹਾਂਜੀ, ਇਹ ਸਾਡੇ ਓਨਰ। ਤੁਸੀਂ? ਭਾਈ ਮੈਂ ਮੁਲਾਜ਼ਮ ਹੈ। ਫਿਰ ਕਾਹਦੀ ਆਕੜ ਹੁੰਦੇ ਆ? ਜੇ ਤੂੰ ਮੁਲਾਜ਼ਮ ਆ ਤਾਂ ਤੂੰ ਤਮੀਜ਼ ਨਾ ਗੱਲ ਨਾ, ਸਾਡੇ ਮੁਲਾਜ਼ਮ ਨਾਲ ਬਦਤਮੀਜ਼ੀ ਨਾ ਕਰ। ਉਹ ਸਾਰਾ ਉਹ ਨਮਕ 'ਚ ਰਹਿ ਰਹਿ ਕੇ ਉਹਦਾ ਬਲੱਡ ਪ੍ਰੈਸ਼ਰ ਉੱਤੇ ਚੜਿਆ। ਯਾਰ ਤੂੰ ਕੋਈ ਦੱਸ ਵੀ ਦੇ ਨਾ, ਜਾਂ ਤਾਂ ਸਾਨੂੰ ਦੱਸ ਵੀ ਭਾਈ ਹੋਲਸੇਲ ਵਾਸਤੇ ਲੈਣਾ, ਪਰਚੂਨ ਵਾਸਤੇ ਲੈਣਾ ਵਾ। ਸਾਇਮ ਭਾਈ ਜਾਨ, ਤੁਸੀਂ ਨਾ ਬੰਦਾ ਜਿਹੜਾ ਨਾ ਬਦਤਮੀਜ਼ ਜਿਹਾ ਹੀ ਰੱਖਿਆ ਕੋਈ। ਹੈਲੋ, ਕਾਲੇ ਲੂਣ 'ਚ ਰਹਿ ਰਹਿ ਕੇ ਉਹ ਵੀ ਕਾਲਾ ਹੀ ਹੋ ਗਿਆ ਭਾਜੀ? ਸਾਰਾ ਦਿਨ ਨਮਕ ਕੁੱਟਦੇ ਆ ਬੰਦੇ, ਅੱਕ ਜਾਂਦੇ, ਕੀ ਕਰੀਏ? ਇੱਥੇ ਗਾਹ ਆਣ ਕੇ ਤੰਗ ਵੀ ਬੜਾ ਕਰਦੇ ਨਾ। ਨਮਕ ਕੁੱਟਦੇ ਹੋ? ਨਮਕ ਨੇ ਕੀ ਗਾਲਾਂ ਕੱਢੀਆਂ ਤੁਹਾਨੂੰ? ਕਿਉਂ ਕੁੱਟਦੇ ਨਮਕ? ਨਹੀਂ ਉਹ ਕੁੱਟਦੇ, ਉਹਦੇ ਤੋਂ ਮਰਾਦ ਵੀ ਪੀਸੀ ਦਾ ਉੱਧਰ ਵਾ ਨਾ। ਨਾਂ ਕੀ ਤੁਹਾਡਾ ਭਾਜੀ? ਮੇਰਾ ਨਾਂ ਗੋਗਾ ਭਾਈ। ਗੋਗਾ ਭਾਈ, ਪਹਿਲਾਂ ਗਾਹਕ ਜਿਹੜਾ ਹੁੰਦਾ ਰੱਬ ਦੀ ਰਹਿਮਤ ਹੁੰਦੀ ਆ, ਉਹਨੂੰ ਬਿਠਾਈ ਦਾ, ਚਾਹ ਪਿਆਓ, ਜੂਸ ਪਿਆਓ। ਕੀ ਗੱਲ, ਗਾਹਕ ਸਿੱਧਾ ਹਸਪਤਾਲ ਤੋਂ ਇੱਥੇ ਆਇਆ ਵੀ ਉਹਨੂੰ ਜੂਸ ਪਿਆਈਏ? ਕੀ ਹੋਇਆ? ਮੈਂ ਲਾਹੌਰੋਂ ਆਇਆ, ਲਾਹੌਰੋਂ ਇਹ ਅੱਡਾ ਕੁਆਟਰ ਆ ਨਾ। ਹਾਂਜੀ ਹਾਂਜੀ, ਐਡੀ ਦੂਰੋਂ ਮੈਂ ਆਇਆ ਵਾਂ। ਤੇ ਕੁਛ ਲੈ ਵੀ ਲੈ, ਇੱਧਰੋਂ ਲੂਣ ਗਿਣਨਾ ਆਇਆ ਵਾਂ ਵੀ ਕਿੰਨੇ ਕਿਸਮ ਦਾ ਵਾ। ਇੱਥੇ ਨਾਲ ਹੀ ਉਹ ਮੁੰਡਾ ਵੀ ਰਹਿੰਦਾ ਵਾ ਆਪਣਾ, ਉਹ ਕ੍ਰਿਕਟਰ ਗੱਗੋ ਇਰਫਾਨ ਭਾਈ। ਹਾਂ, ਉਹ ਵੀ ਆਪਣਾ ਬੇਲੀ ਆ। ਅੱਛਾ ਜੀ। ਹਾਂ, ਵਕਾਰ ਯੂਨਸ ਵੀ ਇੱਥੋਂ ਦਾ ਹੀ ਆ। ਚਲੋ, ਸਾਰਿਆਂ ਨੂੰ ਗੁਣਾ ਜਾਈ, ਅੱਜ ਕੋਈ ਬੰਦਾ ਰਹਿ ਨਾ ਜਾਏ, ਨਾ ਲੂਣ ਰਹਿ ਜਾਏ ਤੇ ਨਾ ਕੋਈ ਬੰਦਾ ਰਹਿ ਜਾਏ। ਸੂਫੀ ਨੀਫ ਸਾਹਿਬ ਵੀ ਹੈਗੇ ਬੂਰੇ ਵਾਲੇ ਦੇ, ਸ਼ਾਇਰ ਨੇ ਬੜੇ ਵੱਡੇ ਇੱਥੋਂ ਦੇ। ਅੱਛਾ ਜੀ। ਅੱਛਾ, ਤੁਹਾਡੇ ਕੋਲ ਖੱਲਾਂ ਨੂੰ ਲਾਉਣ ਵਾਲਾ ਲੂਣ ਹੈਗਾ? ਮੈਨੂੰ ਲੱਗਦਾ ਮੈਂ ਤੇਰੀ ਹੁਣੇ ਖੱਲ ਲਾ ਕੇ ਲੂਣ ਲਾ ਦੇਣਾ। ਲੂਣ ਦੀ ਗੱਲ ਕਰ ਰਿਹਾ, ਤੈਨੂੰ ਐਵੇਂ ਮਿਰਚਾਂ ਲੱਗ ਰਹੀਆਂ? ਨਹੀਂ, ਤੂੰ ਤੇ ਐਵੇਂ ਫਜ਼ੂਲ ਦਾ ਐਟਮਾਂ ਪਾਈ ਜਾਂਦਾ ਵਾ, ਫਲਾਣੇ ਦਾ ਫਲਾਣੇ ਦਾ। ਤੂੰ ਸਾਨੂੰ ਦੱਸ ਵੀ ਭਾਜੀ ਆਹ ਚਾਹੀਦਾ ਵਾ, ਆਹ ਫਲਾਣੀ ਜਗ੍ਹਾ ਪਹੁੰਚਾਉਣਾ ਵਾ, ਅਸੀਂ ਉੱਥੇ ਪੁੱਛ ਕੇ ਮੈਂ ਲੈਣਾ, ਸਾਰੀਆਂ ਚੀਜ਼ਾਂ ਮੈਂ ਲੈਣੀਆਂ, ਮੇਰੀ ਉੱਥੇ ਹੋਲਸੇਲ ਦੀ ਦੁਕਾਨ ਆ। ਪੁੱਛਣ ਤੇ ਤੂੰ ਇੰਜ ਟੁਰਿਆ ਜਿਵੇਂ ਜ਼ੇਵਰ ਲੈਣਾ ਵਾ ਵੀ ਤੂੰ ਭਾਜੀ ਕੀ ਤੋਲਾ ਵਾ, ਕੀ ਮਾਸ਼ਾ ਵਾ, ਇਹ 'ਚ ਕੋਈ ਖੋਟ ਤੇ ਨਹੀਂ ਹੋਊਗੀ?
ਅੱਛਾ ਉਹ ਨਮਕ ਹੈਗਾ ਜਿਹੜਾ ਕਹਿੰਦੇ ਨਮਕ ਪਾਰਿਆਂ 'ਚ ਪੈਂਦਾ, ਨਮਕ ਪਾਰੇ ਨਹੀਂ ਹੁੰਦੇ ਜਿਹੜੇ ਖਾਈਦੇ? ਤੂੰ ਆਇਆ ਕਿਹੜੇ ਮਕਸਦ ਵਾਸਤੇ ਆ ਲਾਹੌਰੋਂ, ਇਹ ਤਾਂ ਦੱਸੀ ਮੈਨੂੰ ਜ਼ਰਾ। ਮੈਂ ਲੂਣ ਲੈਣ ਆਇਆ। ਇਹ ਲੂਣ ਤੂੰ ਮੈਨੂੰ ਲੱਗਦਾ ਚੰਡ ਖਾ ਕੇ ਲੈਣਾ ਵਾ, ਫਿਰ ਤੈਨੂੰ ਪਤਾ ਲੱਗਣਾ ਵੀ ਲੂਣ ਦਾ ਕੀ ਸਵਾਦ। ਅਸਲ 'ਚ ਨਾ ਲੂਣ ਤੋਂ ਤਲਾਕਾਂ ਹੋ ਜਾਂਦੀਆਂ, ਬੁੱਢੀ ਹਾਂਡੀ 'ਚ ਲੂਣ ਬਹੁਤਾ ਪਾ ਦੇਣਾ, ਬੰਦਾ ਕਹਿੰਦਾ ਚੁੱਕ ਸਾਲਣ ਮੈਂ ਨਹੀਂ ਖਾਧਾ। ਭਾਈ ਰੋਹ ਉਹ ਪਾਉਂਦੇ ਜਿਹੜੇ ਨਾ ਬੁੱਢੀਆਂ ਨੂੰ ਕਮਾ ਕੇ ਦਿੰਦੇ ਆ, ਤੇਰੇ ਵਰਗੇ ਵਿਹਲੇ ਨੇ ਕੀ ਬੁੱਢੀ ਤੇ ਰੋਹ ਪਾਉਣਾ? ਇਹ ਵਿਹਲਾ ਕਹਿੰਦਾ ਮੇਰਾ ਕਾਰੋਬਾਰ ਆ ਉੱਥੇ। ਉਹ ਬੜਾ ਕਾਰੋਬਾਰ ਆ ਵੀ, 18 ਕਿਸਮ ਦਾ ਤੂੰ ਲੂਣ ਪੁੱਛ ਲਿਆ, ਕਿਲੋ ਲਿਆ ਨਹੀਂ, ਅੱਗੇ ਤੂੰ ਕੀ ਘਟਾ ਵੇਚਣਾ? ਯਾਰ ਉੱਥੇ ਮੇਵਾ ਮੰਡੀ ਮੇਰੀ ਦੁਕਾਨ ਆ। ਮੇਵਾ ਮੰਡੀ ਦੁਕਾਨ? ਹਾਂ। ਚਲੋ ਤੁਹਾਡੇ ਕੋਲ ਹੋਰ ਕੀ ਆ? ਆ ਅੱਗੇ ਤੇ ਤੂੰ ਟਰਾਲੀ ਲਦਾਲੀ ਨਾ ਸਾਡੇ ਕੋਲੋਂ, ਤੇ ਹੋਰ ਪੁੱਛ ਕੀ ਆ ਇੱਥੇ? ਤੇ ਸਾਰੀਆਂ ਚੀਜ਼ਾਂ ਇਕੱਠੀਆਂ ਫਿਰ ਬਿੱਲ ਬਣਾ ਦੇਈ ਨਾ ਉਹਦਾ। ਨਹੀਂ ਇਹ ਲੂਣ ਪੀਸਿਆ ਕਿਸ ਤਰ੍ਹਾਂ ਵਾ, ਮਤਲਬ ਇਹ ਕਿਸ ਤਰ੍ਹਾਂ ਤੁਸੀਂ ਪੀਸ ਲਿਆ? ਇਹ ਭਾਈ ਉੱਧਰ ਚੱਕੀ ਲੱਗੀ ਆ। ਲੱਗੀ ਆ? ਹਾਂਜੀ। ਕੱਲੀ ਲੱਗੀ ਚੱਕੀ? ਕੱਲੀ ਨਹੀਂ, ਮੁੰਡੇ ਵੀ ਆ ਨਾਲ, ਬਾਹਰ ਦੌੜ ਜਾਂਦੀ ਹੈ ਨਾ, ਮੁੰਡੇ ਦੋ ਤਿੰਨ ਭਾਏ। ਚਲੋ ਚੱਕੀ ਤੇ ਦਿਖਾਓ ਹਾਂ ਜਿਹਦੇ ਤੇ ਪੀਸਦੇ ਹੋ। ਯਾਰ ਤੂੰ ਕਿਹੜਾ ਵਿਜ਼ਿਟ ਕਰਨ ਤੁਰਿਆ ਵਾ, ਤੂੰ ਹਕੂਮਤ ਵੱਲੋਂ ਆਇਆ ਵਾ ਵੀ ਕਿਹੜਾ ਕਿਹੜਾ ਕਾਰੋਬਾਰ ਆ ਸਾਡਾ ਤੂੰ ਦੇਖਣਾ? ਯਾਰ ਪਾਕਿਸਤਾਨ 'ਚ ਬੜੇ ਮਾਦਨੀ ਆਤ ਆ, ਤੈਨੂੰ ਪਤਾ ਫਿਰ ਕੀ। ਚੱਲ ਹਸਨ ਨਸਾਰ ਨਾ ਬਣ, ਏਡਾ ਮਾਦਨੀ ਆਤ। ਆ ਜਾਓ ਤੇ ਨਾਲ ਹੋਰ ਕੀ ਕੀ ਆ? ਨਾਲ ਉੱਥੇ ਤੈਨੂੰ ਪਾਈਨਐਪਲ ਦਾ ਜੂਸ ਪਿਆਉਂਦੇ, ਨਾਲੇ ਪੀਜ਼ਾ ਮੰਗਾਉਂਦੇ ਤੇਰੇ ਲਈ। ਇਹ ਹੀ ਤੂੰ ਪਹਿਲੇ ਮੰਗਾ ਲੈਂਦਾ ਕਿਉਂ? ਵਜ੍ਹਾ ਨਹੀਂ ਉਹ ਹੈਗਾ ਤੁਹਾਡੇ ਕੋਲ ਉਹ ਖਾਲ ਵਗੈਰਾ? ਇਹ ਵੀ ਭਾਜੀ ਹੁਣੇ ਆਪਣੇ ਹੀ ਆ? ਹਾਂਜੀ ਹਾਂਜੀ। ਇਹ ਵੀ ਨਮਕ ਲੈਣ ਆਇਆ? ਇੰਨੀ ਆਨਰ ਆਏ। ਅੱਛਾ ਉਹ ਸੈਮ ਸਾਹਿਬ ਦੇ ਭਾਈ ਤੇ ਨਹੀਂ? ਅੱਛਾ ਅੱਛਾ। ਅਕੀ ਗਾ ਡਲੇ ਬਣਾ ਬਣਾ ਰੱਖੇ, ਲੜਾਈ ਹੋ ਪੈਂਦੀ ਤੇਰੀ? ਹਾਂਜੀ। ਆ ਕਾਦਲੀ ਤੇਰੇ ਵਰਗਾ ਵਾਹ ਹਿਆਤ ਗਾਹਕ ਹੋਵੇ ਤੇ ਲੜਾਈ ਹੋਣੀ? ਨਹੀਂ ਇਹ ਕਾਦਲੀ ਮਤਲਬ ਤੁਸੀਂ ਇਹ ਭਾਜੀ ਜਿਹੜਾ ਉੱਥੋਂ ਆਉਂਦਾ ਨਾ ਥਿਉੜੇ ਤੋਂ, ਹਾਂ ਹਾਂ, ਇਹ ਫਿਰ ਪੱਥਰ ਦੇ ਹਿਸਾਬ ਨਾਲ ਆਉਂਦਾ ਵਾ, ਤੇ ਉਪਰਲੇ ਪਾਸੇ ਚੱਕੀ ਲੱਗੀ ਆ, ਫਿਰ ਉੱਧਰ ਪੀਦਾ। ਯਾਰ ਨਮਕ ਦੀਆਂ ਬੜੀਆਂ ਸ਼ੈਵਾਂ ਬਣ ਜਾਂਦੀਆਂ। ਮੈਂ ਖੋੜੇ ਕਿਉੜੇ ਗਿਆ, ਉੱਥੇ ਮਸਜਿਦ ਵੀ ਆ ਨਮਕ ਦੀ ਬਣੀ, ਫੁਹਾਰੇ ਬਣੇ ਆ, ਇਸਤਰੀ ਬਣੀ ਨਮਕ ਦੀ, ਬੰਦੇ ਬਣੇ ਨਮਕ ਦੇ। ਇੱਥੋਂ ਢੇਲਾ ਲਿਜਾ ਕੇ ਨਾ ਆਪਣਾ ਘਰ ਨਾ ਢਵਾ ਲਈ, ਕਿਤੇ ਉਹਦਾ ਬਣਾਉਣੇ ਕੋਸ਼ਿਸ਼ ਕਰੇ ਵੀ ਘਰ ਬਣਾ ਲਈ ਕਿਤੇ। ਚਲੋ ਠੀਕ। ਇਹ ਕੀ ਭਾਜੀ ਹੈ ਜਿਹੜਾ? ਇਹ ਭਾਜੀ ਖਾਲਾ ਜੀ, ਜਾਨਵਰਾਂ ਵਾਸਤੇ, ਡੰਗਰਾਂ ਵਾਸਤੇ, ਤੁਹਾਡੇ ਵਾਸਤੇ ਵੀ। ਡੰਗਰਾਂ ਵਾਸਤੇ? ਆ ਖਾ ਲਓ, ਚੱਖ ਲਓ। ਇਹਦੇ ਖਲ ਬਣਾਉਲਾ ਕਹੋ ਨਾ? ਖਲ ਬਣਾਉਲਾ? ਆਹੋ ਇਹ ਸਮਝੋ ਇਹਦੇ ਨਾਲ ਮੱਝਾਂ ਦੀ ਫਰਾਈ ਚਿਕਸ ਆ। ਹਾਂ ਇਹ ਡੰਗਰ ਖਾਂਦੇ ਆ ਨਾ, ਫਿਰ ਦੁੱਧ ਦਾ ਜਿਹੜਾ ਨਾ ਨਿਜ਼ਾਮ ਵੱਧ ਹੁੰਦਾ ਫਿਰ। ਇਹ ਕਿਹੜੀ ਕੰਪਨੀ ਦਾ ਜੀ? ਇਹ ਭਾਜੀ ਅਲ ਮਹਿਬੂਬ ਕੰਪਨੀ ਦਾ ਵਾ। ਅਲ ਮਹਿਬੂਬ? ਹਾਂਜੀ। ਮਹਿਬੂਬ ਭਾਈ ਬਣਾਉਂਦੇ? ਯਾਰ ਨਾ ਵਾ ਕੰਪਨੀ ਦਾ ਬਣਾਉਂਦੇ, ਕਿਹੜੇ ਆ? ਤੇ ਅੱਛਾ ਕਿਹੜੀ ਕੰਪਨੀ ਦਾ ਵੈਸੇ? ਤੁਸੀਂ ਦੇਖ ਲਓ ਤੇ ਦੰਦੀ ਵੱਢ ਲਓ ਇੱਕ। ਉਹ ਦੰਦੀ ਵੱਢ ਲਾ, ਮੈਂ ਮੱਝ ਆ, ਦੰਦੀ ਵੱਢ ਲਾ ਡੰਗਰਾਂ ਦਾ, ਮੈਨੂੰ ਪਾਉਣਾ ਹੀ ਯਾਰ। ਨਹੀਂ ਤੇ ਫਿਰ ਤੁਹਾਨੂੰ ਦੱਸਿਆ ਵਾ ਵੀ ਇਹੀ ਹੁੰਦਾ ਵਾ ਅਲ ਮਹਿਬੂਬ ਦਾ ਚੰਗਾ ਵਾ। ਤੇ ਤੂੰ ਚੱਕ ਕੇ ਲਿਆ ਕਰ। ਹਾਂ ਤੂੰ ਉਂਝ ਕਿਉਂ ਲੈ ਲੈਂਦਾ? ਆਹ ਕਿੱਥੋਂ ਦਾ ਆਇਆ ਜਿਹੜਾ? ਆਹ ਵੀ ਵੰਡਾ ਭਾਜੀ? ਨਹੀਂ ਭਾਜੀ ਇਹ ਕੌੜੀ ਖਲ ਆ, ਤੇ ਉਹ ਮਿੱਠੀ ਆ। ਇਹ ਜਾਨਵਰਾਂ ਦਾ ਇਹ ਕੌੜੀ ਕਾਹਦੇ ਲਈ? ਮਿੱਠੀ ਮਿੱਠੀ ਨਹੀਂ ਖਾਂਦੀ ਮੱਝਾਂ ਨੂੰ ਸ਼ੂਗਰ? ਮੈਦਾ ਮੂਦਾ ਖਰਾਬ ਹੋ ਜਾਂਦਾ ਨਾ ਜਾਨਵਰਾਂ ਦਾ, ਤੇ ਇਹ ਬਹੁਤ ਵਧੀਆ ਵਾ ਉਹਦੇ ਵਾਸਤੇ। ਅੱਛਾ ਅੱਛਾ। ਹਾਂਜੀ ਅਫਾਰਾ ਹੋ ਜਾਵੇ। ਹਾਂ ਹਾਂ ਹਾਂ, ਤੇ ਉਹਦੇ ਵਾਸਤੇ ਬਿਹਤਰ ਹੈ। ਤੇ ਤੁਹਾਨੂੰ ਹੋਇਆ ਹੀ ਲੱਗਦਾ, ਥੋੜੀ ਖਾ ਲਓ। ਹੈਲੋ ਇਹ ਕੀ ਹੈ? ਇਹ ਚੌਕਰ ਆ ਇਹਦੇ 'ਚ। ਚੌਕਰ ਕੀ ਮਤਲਬ? ਯਾਰ ਆ ਤੂੜੀ ਵੰਡਾ ਰਲਾ ਕੇ ਨਾ, ਤੇ ਮੱਝ ਚੋਣ ਦੇ ਦੌਰਾਨ ਨਾ ਇਹ ਏਦਾਂ ਕਰਕੇ ਛੱਟਾ ਦਵੋ ਮਾੜਾ ਜਿਹਾ। ਹਾਂ ਹਾਂ, ਜਿੱਦਾਂ ਫਰੂਟ ਚਾਟ ਦੇ ਉੱਤੇ ਮਸਾਲਾ ਧੂੜੀ ਦਾ, ਦਹੀਂ ਭੱਲਿਆਂ ਦੇ ਧੂੜੀ ਦਾ। ਹਾਂ ਇਹ ਧੂੜੋ ਤੇ ਤੇਰੇ ਵਰਗੀਆਂ ਕੱਟੀਆਂ ਭੱਜ ਕੇ ਪੈਂਦੀਆਂ ਵਾ, ਫਿਰ ਸੈੱਟ ਰਹਿੰਦਾ ਮਾਹੌਲ, ਫਿਰ ਉਹਦੇ ਨਾਲ ਟੇਸਟੀ ਹੋ ਜਾਂਦੇ ਨਾ। ਹਾਂ ਇਹ ਚੌਕਰ ਉੱਤੇ ਛਿੜਕੀ ਦਾ। ਇਹ ਮਾਲ ਡੰਗਰ? ਹਾਂਜੀ ਮਾਲ ਡੰਗਰ ਵਾਸਤੇ। ਮਾਲ ਡੰਗਰ ਵਾਸਤੇ? ਵੈਸੇ ਘਰ ਵੀ ਪਕਾ ਲਈਦਾ। ਯਾਰ ਘਰ ਕੌਣ ਪਕਾਉਂਦਾ ਵਾ, ਤੂੰ ਹੀ ਆਇਆ ਪਹਿਲਾਂ ਘਰ ਪਕਾਉਣ ਵਾਲਾ। ਅੱਛਾ ਇਹ ਕਿਹਨਾਂ ਦਾ ਵਾ? ਇਹ ਮਿਲਤ ਵਾਲਿਆਂ ਦਾ ਲੱਗਦਾ ਮੈਨੂੰ। ਹਾਂਜੀ ਪਾਕ ਮਿਲਤ। ਪਾਕ ਮਿਲਤ ਦਾ A1 ਚੋਕਰ? ਹਾਂਜੀ A1 ਚੋਕਰ। ਤੇ ਭਾਜੀ ਇਹ ਕਿਹੜਾ ਕਿਹੜਾ ਵੰਡਾ ਤੁਹਾਡੇ ਕੋਲ? ਇੱਧਰ ਆਓ ਮੈਂ ਤੁਹਾਨੂੰ ਦੱਸਦਾ ਵਾਂ। ਹਾਂ ਆਹ ਦੇਖੋ, ਆਹ ਦਾਤਾ ਵਾਲਿਆਂ ਦਾ ਵਾ। ਦਾਤਾ ਵਾਲਿਆਂ ਦਾ ਜੀ? ਹਾਂਜੀ ਚੋਕਰ ਚੋਕਰ। ਹਾਂਜੀ ਇਹ ਹਾਜੀ ਫਕੀਰ ਹੁਸੈਨ ਫਲੋਰ ਮਿਲ। ਹਾਂਜੀ ਇਹ ਆਟਾ ਭਾਜੀ? ਇਹ ਵੀ ਚੋਕਰ ਹੈ। ਸਭ ਤੋਂ ਅੱਛਾ ਜਿਹੜਾ ਵੰਡਾ ਵਾ ਨਾ ਜੀ ਆ, ਇਹ ਮਾਸਟਰ ਵਾਲਿਆਂ ਦਾ ਭਾਜੀ। ਯਾਰ ਤੇਰੇ ਕੋਲ ਤੇ ਸਾਰੀ ਵੈਰਾਈਟੀ ਹੈਗੀ ਆ। ਅੱਛਾ ਇਹ ਮਾਸਟਰ ਵਾਲਿਆਂ ਦਾ? ਹਾਂਜੀ ਮਾਸਟਰ ਵਾਲਿਆਂ ਦਾ, ਅਲਕਰਮ ਵਾਲਿਆਂ ਦਾ ਵੀ ਪਿੱਛੇ ਉਹ ਪਿਆ ਵਾ ਸਾਡੇ ਕੋਲ ਵੰਡਾ। ਯਾਰ ਤੂੰ ਤੇ ਐ ਕੱਪੜੇ ਦੀ ਦੁਕਾਨ ਪਾਈ ਆ, ਇਹ ਆਪਣਾ 6 ਮੀਟਰ ਵੰਡੇ 'ਚ ਮੇਰਾ ਸੂਟ ਬਣ ਜਾਏਗਾ? ਮੈਨੂੰ ਲੱਗਦਾ ਤੈਨੂੰ 7 ਮੀਟਰ ਲੱਠਾ ਲੱਗਣਾ। ਅੱਛਾ ਮਾਸਟਰ ਵਾਲਿਆਂ ਦਾ ਵੰਡਾ? ਹਾਂਜੀ ਇਹ ਹੁਣ ਮੈਂ ਜਾ ਕੇ ਵੰਡਾ? ਇੱਥੋਂ ਤੂੰ ਖਾ ਲਾ ਚੰਡਾਂ ਤੇ ਫੇਰ ਜਾ ਕੇ ਵੰਡਾ, ਤੇ ਪੈਸੇ ਦੇਵੇਂਗਾ ਤੇ ਸ਼ਾਇਦ ਚੁੱਕੇਗਾ ਕੋਈ।
ਮਾਸਟਰ ਵਾਲਿਆਂ ਦਾ ਕਹਿੰਦੇ ਬਿਹਤਰ ਆ ਹਨਾ। ਹਾਂਜੀ ਮਾਸਟਰ ਵਾਲਿਆਂ ਦਾ ਇੱਕ ਬ੍ਰਾਂਡ ਆ ਜੀ ਇਹਨਾਂ ਦਾ, ਬਾਕੀ ਸਾਰੇ ਹੀ ਠੀਕ ਆ, ਹਰ ਬੰਦੇ ਦੀ ਆਪਣੀ ਆਪਣੀ ਕੁਆਲਿਟੀ ਹੁੰਦੀ ਆ। ਪਰ ਤੁਹਾਡੀ ਕੁਆਲਿਟੀ ਘਟੀਆ ਵਾ, ਇੱਕ ਸ਼ੈ ਨਹੀਂ ਲਈ ਉਦੋਂ ਦੀ, ਤੁਸੀਂ ਤੇ ਗਿਣੀ ਜਾਂਦੇ ਹੋ ਫਲਾਣਾ ਸ਼ੈ ਕਿੰਨੇ ਦੀ ਆ। ਇੱਕਦਮ ਲੈ ਲਵਾਂ ਮੈਂ ਹੁਣ ਚੀਜ਼ਾਂ ਦੇਖ ਕੇ ਲੈਣੀ ਆ। ਇੱਕਦਮ ਤੈਨੂੰ ਮੰਜੀ ਢਾ ਦਈਏ, ਸੌ ਜਾ ਇੱਥੇ ਸਾਲ ਕੇ ਰਹਿ ਸਾਡੇ ਵਾਲੀ ਦੁਕਾਨ ਤੇ, ਤੇ ਕੋਈ ਸ਼ੈ ਖਰੀਦ। ਲਾਹੌਰੋਂ ਆਇਆ ਮੈਂ ਯਾਰ। ਉਹ ਲਾਹੌਰੋਂ ਆਇਆ ਤੇ ਤੂੰ ਮਾਮਾ ਸਹੁਰਾ ਸਾਡਾ, ਲਾਹੌਰੋਂ ਆਇਆ ਤੂੰ ਲੈ ਤੇ ਸਹੀ ਸ਼ੈ ਕੋਈ ਤੇ ਦੱਸ ਭਾਰ ਆਰਡਰ ਤੇ ਲਿਖਾ, ਮੈਂ ਉਹਨਾਂ ਨੂੰ ਦੱਸਾਂ ਮਾਲਕਾਂ ਨੂੰ, ਮਾਲਕ ਖਰੋਤੇ ਵੇਖਣ ਡਏ ਆ। ਮਾਸਟਰ ਵਾਲਿਆਂ ਦੇ 8 ਤੋੜੇ ਕਰਦੇ ਭਾਈ ਅਸ਼ਰਫ, 8 ਤੋੜੇ ਇਹਨਾਂ ਦੇ ਲਿਖੋ, ਹੋ ਗਿਆ ਜੀ 8 ਤੇ 6 ਮੀਟਰ ਹਲ ਕਰਮ ਕਰ ਦਿਓ ਜਿਹੜੀ। ਅੱਛਾ 6 ਤੋੜੇ ਹਲ ਕਰਮ ਦੇ, ਹਾਂ ਤੋੜੇ ਕਰ ਦੇਣੇ 6 ਤੇ 8 ਆ ਜੀ। ਤੇ ਦਾਤ ਵਾਲਿਆਂ ਦਾ ਕੀ ਸੀਗਾ? ਦਾਤ ਵਾਲਿਆਂ ਦਾ ਚੋਕਰ, ਹਾਂ ਜੀ 6 ਉਹ ਕਰ ਦਿਓ ਦਾਤ ਵਾਲਿਆਂ ਦੇ। ਚਲੋ ਜੀ 6 ਹੋ ਗਏ। ਆਹੋ ਤੇ ਨਮਕ ਕਿੱਥੇ ਪੀਸਣਾ ਤੂੰ, ਉਹ ਤੇ ਦੱਸ ਮੈਨੂੰ। ਉਹ ਯਾਰ ਤੂੰ ਕਾਹਦਾ ਸਬੂਤ ਲੈਣ ਤੁਰਿਆ ਵਾ ਨਮਕ ਦਾ, ਤੂੰ ਇਨਵੈਸਟੀਗੇਸ਼ਨ ਵੱਲੋਂ ਆਇਆ ਵੀ ਤੈਨੂੰ ਦੱਸੀ। ਤੂੰ ਤੇ ਕਿਹਾ ਸੀ ਉੱਥੇ ਚੱਕੀ ਲੱਗੀ, ਇੱਥੇ ਕਿਹੜੀ ਚੱਕੀ ਆ ਦੱਸ ਮੈਨੂੰ। ਉਹ ਯਾਰ ਚੱਕੀ ਉਧਰਲੇ ਪਾਸੇ ਆ, ਸਾਰੀਆਂ ਦੁਕਾਨਾਂ ਨਾ ਸਾਇਮ ਦੀਆਂ ਹੀ ਆ, 1-2-3 ਉਧਰ ਵੀ ਨਮਕ ਆ, ਇੱਧਰ ਖਾਲ ਬਣਾਉਲਾ ਵਾ, ਪਰਲੇ ਪਾਸੇ ਚੱਕੀ ਲੱਗੀ। ਚੱਲ ਆ ਜਾਓ ਵੇਖ ਲੈਂਦੇ ਆ। ਉਹ ਯਾਰ ਤੂੰ ਵਜ਼ੀਰੇ ਆਲਾ ਵਾ ਵੀ ਤੈਨੂੰ ਮੈਂ ਸਾਰਾ ਵਿਜ਼ਿਟ ਕਰਾਵਾਂ ਵੀ ਕਿਹੜਾ ਕਿਹੜਾ ਅਸੀਂ ਕੰਮ ਕਰਨ ਲੈ। ਯਾਰ ਗਾਹਕ ਆ ਮੈਂ ਵੇਖਣੀ ਨਹੀਂ, ਕਿਹੜਾ ਗਾਹਕ ਆ, ਇੱਕ ਆਨੇ ਦੀ ਸ਼ਾਇਦ ਤੂੰ ਲਈ ਨਹੀਂ ਗੀ। ਗਾਹਕ ਲਵੇ ਨਾ ਲਵੇ ਤੁਹਾਡਾ ਕੰਮ ਬੱਲੇ ਬਈ, ਅਸੀਂ ਤੇ ਤੈਨੂੰ ਸਾਰੀ ਦਿਹਾੜੀ ਤੈਨੂੰ ਵਿਖਾਉਣ 'ਚ ਹੀ ਰਹੀਏ ਫਿਰ। ਤੇ ਕੀ ਗੱਲ ਪਊ, ਕੋਈ ਤਕਲੀਫ ਆ ਇਸੇ ਕੰਮ ਦੀ? ਤੁਹਾਨੂੰ ਕੋਈ ਤਕਲੀਫ ਆ? ਤੁਸੀਂ ਲਵੋ ਕੋਈ ਸ਼ਾਇਦ, ਸਾਨੂੰ ਪੈਸੇ ਦਵੋ। ਮੈਂ ਸੈਮ ਨੂੰ ਕਹਿ ਕੇ ਤੈਨੂੰ ਇੱਥੋਂ ਕਢਵਾ ਦੇਣਾ। ਲੈ ਬੱਲੇ ਬਈ। ਤੇ ਭਾਈ ਇਹ ਟਰੱਕ ਸਾਰਾ ਜਦੋਂ ਆਉਂਦਾ ਸ਼ਾਮ ਨੂੰ ਤੁਸੀਂ ਲਾਉਂਦੇ ਹੋ? ਨਹੀਂ ਭਾਈ, ਮੈਂ ਤੇ ਮੈਨੇਜਰ ਆ ਇੱਥੇ, ਉਹ ਪੱਲੇਦਾਰ ਲਾਉਂਦੇ ਆ ਉੱਥੇ। ਤੇ ਟਰੱਕ ਲਾਉਂਦੇ ਆ, ਵੇਖ ਵੇਖ ਕੇ ਤੇਰੇ ਵਾਲ ਉੱਡ ਗਏ ਸਾਰੇ। ਹੈਲੋ, ਤੂੰ ਨਾ ਮੇਰਾ ਭਰਾ ਇੱਥੇ ਨਮਕ ਲਾਇਆ ਕਰ, ਸ਼ਾਇਦ ਤੇਰੇ ਵਾਲ ਆ ਹੀ ਜਾਣ। ਤੂੰ ਨਮਕ ਲੈ ਵੀ ਲੈ, ਸ਼ਾਇਦ ਤੁਹਾਡੇ ਘਰ ਦਾ ਕਿਤੇ ਬਲੱਡ ਤਾਂ ਹੋ ਜਾਏ। ਤੇ ਉਹ ਤੇ ਦਿਓ ਮੈਨੂੰ ਆਪਣਾ। ਆ ਵੀਰੇ ਇਹ ਕੀ ਆ? ਚੌਕਰ ਆ ਭਾਈ ਇਹ। ਲੈ ਝੋਲੀ ਕਰ। ਹੈਂ ਝੋਲੀ ਕਰ, ਜ਼ਰਦਾ ਲੈ ਕੇ ਆਇਆ ਘਰੋਂ, ਪਾ ਦੇ ਉੱਥੇ। ਇਹ ਚੋਕਰ ਅੱਛਾ ਹੈਗਾ ਨਾ, ਇਹ ਕਿਹਨਾਂ ਦਾ? ਇਹ ਪਾਕ ਮਿਲਤ ਵਾਲਿਆਂ ਦਾ। ਚੱਲ ਆ ਜਾਓ ਫਿਰ। ਉਹ ਕਿੱਥੇ ਆ? ਉਹ ਕਿੱਥੇ ਆ? ਤੂੰ ਤੇ ਇੰਜ ਪੁੱਠਣ ਦਿਆ, ਤੇਰਾ ਮੁੰਡਾ ਗਵਾਚਾ ਇੱਥੇ ਕਿੱਥੇ ਆ? ਤੀਫਾ ਫਿਰਨ ਡਿਆ ਸੀ। ਚੱਕੀ ਤੇ ਬਾਹਰ ਜਿਹੜੀ ਤੂੰ, ਚੱਲ ਮੈਂ ਤੈਨੂੰ ਦਿਖਾਵਾਂ। ਤੂੰ ਤੇ ਮੈਨੂੰ ਆਪ ਚੋਰ ਚੱਕਾ ਲੱਗਣ ਦਿਆ ਇਹਦੇ ਤੇ। ਭਾਜੀ ਵਜ਼ਨ ਹੁੰਦਾ ਇਹਦੇ ਤੇ? ਆਹੋ ਇੱਥੇ ਤੋਲ ਕੇ ਵਜ਼ਨ ਹੁੰਦਾ। ਦੇਖੋ ਹਾਂ ਮੇਰਾ ਕਿੰਨਾ ਵਜ਼ਨ ਆ। ਥੱਲੇ ਆ ਜਾ, ਤੂੰ ਮੈਡੀਕਲ ਕਰਾਉਣਾ ਆਪਣਾ। ਹਾਂ ਵਜ਼ਨ ਕਰ ਲਾਂ ਤੇਰਾ ਮੈਂ, ਡਾਕਟਰ ਕੋਲ ਆਇਆ। ਵਜ਼ਨ ਵੀ ਹੁੰਦਾ ਹੀ ਆ। ਆ ਭਾਈ ਆ ਚੱਕੀ ਲੱਗੀ ਆ ਜੇ ਨਮਕ ਪੀਣ ਵਾਲੀ। ਮਾਸ਼ਾਅੱਲਾ ਮਜ਼ਦੂਰ ਤੇ ਤੁਸੀਂ VIP ਲਾਏ ਸਾਰੇ। ਓਏ ਬਸ ਤੁਹਾਨੂੰ ਪਤਾ ਵਾ ਮੁੰਡੇ ਪੜੇ ਲਿਖੇ ਆ, ਲੇਕਿਨ ਬੇਰੋਜ਼ਗਾਰੀ ਦੀ ਵਜ੍ਹਾ ਨਾਲ ਉਹਨਾਂ ਨੂੰ। ਓਏ ਇੱਕ ਮਿੰਟ, ਓਏ ਖਲੋ ਜਾਓ, ਤਾਕੜ ਦਿਨ ਬੰਦ ਕਰੋ ਜੇ ਜਰਾ। ਹੈ ਤਾਕੜ ਦਿਨ? ਨਹੀਂ ਉਹ ਭਾਈ ਉਹ ਸ਼ੋਰ ਸ਼ਰਾਬਾ। ਹੋ ਗਿਆ ਖਾਨ ਸਾਹਿਬ। ਹੈਲੋ, ਤੇ ਕੀ ਗੱਲ ਕੁੱਟਣ ਦੇ? ਬਜਰੀ ਕਿਤੇ ਪਾਉਣੀ ਆ, ਫਰਸ਼ ਬਣ ਰਿਹਾ। ਉਹ ਬਜਰੀ ਨਹੀਂ, ਨਮਕ ਆ ਆ ਜਿਹੜਾ। ਹਾਂਜੀ ਇਹ ਭਾਜੀ ਉਹ ਮਸ਼ੀਨ ਆ। ਅੱਛਾ ਮਸ਼ੀਨ ਮਸ਼ੂਨ ਦਾ ਵੀ ਤੈਨੂੰ ਵਿਜ਼ਿਟ ਕਰਾਤਾ ਵਾ, ਤੈਨੂੰ ਤਿੰਨੇ ਦੁਕਾਨਾਂ ਵੀ ਫਰਾਤੀਆਂ ਵਾ, ਤੇ ਤੂੰ ਦੱਸਣ ਨਹੀਂ ਰਿਹਾ ਕੁਛ। ਉਧਰ ਆਰਡਰ ਲਿਖਾ ਲਿਆ ਚੌਕਰ ਦਾ ਵੰਡੇ ਦਾ, ਤੇ ਉਹਨਾਂ ਦਾ ਕੋਈ ਬਿਆਨਾ ਕੋਈ ਐਡਵਾਂਸ ਜੀ ਉਹ ਦੇਣੇ ਆ, ਲੇਕਿਨ ਨਮਕ ਤੇ ਮੈਂ ਵੇਖ ਲਵਾਂ, ਮੈਂ ਇੱਥੋਂ ਹਲਕੀ ਚੀਜ਼ ਲੈ ਜਾਵਾਂ ਫੇਰ। ਨਹੀਂ ਦੇਖ ਲਓ ਨਮਕ ਆ ਹੀ ਆ, ਆ ਦੁਬਾਨ ਕੱਢ ਬਾਹਰ। ਉਹ ਠਹਿਰ ਜਾ ਭਾਈ, ਦੁਬਾਨ ਕੱਢ। ਆ ਵੇਖੋ ਆ ਹੀ ਨਮਕ ਹੁੰਦਾ। ਪਹਿਲੇ ਲੋਕ ਵੈਸੇ ਨਾ ਇਸ ਤਰ੍ਹਾਂ ਹੀ ਭਾਂਡੀ 'ਚ ਪਾ ਲੈਂਦੇ ਹੁੰਦੇ ਸੀ ਪਹਿਲੇ। ਉਹ ਨਹੀਂ ਉਹ ਭਾਈ ਕਦੋਂ ਪਾ ਲੈਂਦੇ ਸੀ, ਸਾਲ ਸਾਲ ਡੀਕਣਾ ਮੁੜ ਕੇ ਕਦੋਂ ਖੁਰਦਾ ਤੇ ਹਾਂਡੀ ਪੱਕੇ। ਅੱਛਾ ਉਦੋਂ ਹੱਥ ਨਾਲ ਕੁੱਟਦੇ ਹੁੰਦੇ ਸਨ, ਉਹਦੇ ਨਾਲ ਕੁੰਡੀ ਡੰਡੇ ਨਾਲ ਕੁੱਟਦੇ ਸੀ, ਤਾਂ ਹੀ ਹੁੰਦਾ ਸੀ। ਚਲੋ ਯਾਰ ਤੁਸੀਂ ਤੇ ਕਰੋ ਕੰਮ। ਇਹ ਕਾਹਦੇ ਨਾਲ ਪਹਿਲੇ ਕੁੱਟਦੇ ਸੀ ਭਾਈ? ਹਾਂਜੀ ਕੁੰਡੀ ਡੰਡੇ ਨਾਲ। ਕੁੰਡੀ ਤੇ ਹੈਗੀ ਡੰਡਾ ਗਵਾਚ। ਹੈਲੋ, ਅੱਛਾ ਇਹ ਨਾ ਪੀਸ ਦਿਓ, ਇਹ ਇੱਕ ਡਲੀ ਪੀਸ ਦਿਓ। ਹਾਂਜੀ ਇਹ ਇੱਕ ਡਲੀ ਪੀਸ ਦਿਓ। ਤੋ ਜਿਹੜਾ ਇੰਨਾ ਕੁਛ ਪੁੱਛਿਆ ਵੀ ਨਮਕ ਕਿੱਥੇ ਪੀਂਦੇ ਆ ਤੇ ਕਿੱਥੇ ਕਹੀਏ, ਉਹ ਕਿੱਥੇ ਗਿਆ? ਉਹ ਥੋੜੇ ਥੋੜੇ ਸੈਂਪਲ ਲੈ ਕੇ ਜਾਣੇ ਆ ਮੈਂ। ਅਗਰ ਅੱਛੀ ਚੀਜ਼ ਹੋਈ ਮੈਂ ਫਿਰ ਤੈਨੂੰ ਉੱਥੋਂ ਫੋਨ ਤੇ ਆਰਡਰ ਕਰ ਦਿਆਂਗਾ ਵੀ ਇੰਨੇ ਮਨ ਕਰਦੇ ਆ, ਇੰਨੇ ਮਨ ਇਹ ਕਰਦੇ। ਇਹ ਚਲਾ ਮਸ਼ੀਨ, ਇਹ ਖਲੋ ਜਾ, ਇਹ ਖਲੋ ਜਾ। ਇੰਨੀ ਕਲੀ ਮਸ਼ੀਨ ਨਹੀਂ ਚੱਲਦੀ। ਇੰਨੇ ਕਲੀ ਕਿਉਂ ਨਹੀਂ ਚੱਲਦੀ? ਇਹਨਾਂ ਨੂੰ ਦੰਦਾਂ ਥੱਲੇ ਰੱਖ ਕੇ ਪੀ ਲੈ, ਕਿੱਡਾ ਵੱਡਾ ਆਰਡਰ ਦੇਣ ਆਇਆ। ਉਧਰ ਤੂੰ ਤੀਸਰੀ ਦੁਕਾਨ ਤੇਰੀ ਹੋ ਗਈ ਆ ਤੇ ਤੂੰ ਕਹਿਣ ਡਿਆ ਆ ਪੀ ਲੈ, ਤੂੰ ਕੋਈ ਵੱਡਾ ਆਰਡਰ ਦੇ ਜਿਹੜਾ ਅਸੀਂ ਕੋਈ 5-10 ਮਨ ਲੂਣ ਲਾ ਕੇ ਆਈਏ ਲਾਹੌਰ। ਯਾਰ ਸੈਂਪਲ ਲੈ ਕੇ ਜਾਣੇ ਲਾਹੌਰ, ਉੱਥੋਂ ਫਿਰ ਆਰਡਰ ਤੈਨੂੰ ਮੈਂ ਦੇਣਾ। ਉਹ ਸੈਂਪਲ ਤੂੰ ਖੂਨ ਦੇ ਟੈਸਟ ਕਰਾਉਣ ਆਇਆ ਵਾ।